ਦੁਨੀਆ ਭਰ 'ਚ ਕਰੋਨਾ ਵਾਇਰਸ ਨੂੰ ਲੈ ਕੇ ਅਹਿਤਿਆਤ ਵਰਤੇ ਜਾ ਰਹੇ ਨੇ। ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਆਉਣਾ ਜਾਣਾ ਬੰਦ ਕਰ ਦਿੱਤਾ ਗਿਆ। ਭਾਰਤ ਨੇ ਵੀ ਸੈਲਾਨੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹੈ। ਉੱਥੇ ਹੀ ਪੰਜਾਬ 'ਚ ਆਮ ਲੋਕਾਂ ਦੀ ਆਵਾਜਾਈ ਦਾ ਸਾਧਨ ਬੱਸਾਂ 'ਚ ਕਿਸ ਤਰ੍ਹਾਂ ਦੇ ਅਹਿਤਿਆਤ ਵਰਤੇ ਜਾ ਰਹੇ ਹੈ ਉਸ ਦਾ ਜਾਇਜ਼ਾ ਲਿਆ ਰੇਡੀਓ ਪੰਜਾਬ ਟੂਡੇ ਦੀ ਟੀਮ ਨੇ। PRTC ਦੀਆਂ ਬੱਸਾਂ 'ਚ ਦਿਨ 'ਚ ਸਿਰਫ ਇੱਕ ਵਾਰ ਹੀ ਸੈਨੇਟਾਈਜ਼ਰ ਵਰਤ ਕੇ ਬੁੱਤਾ ਸਾਰਿਆ ਜਾ ਰਿਹਾ ਹੈ, ਜਦੋਂ ਕਿ ਪ੍ਰਾਈਵੇਟ ਬੱਸਾਂ 'ਚ ਇਹ ਘੱਟ ਹੀ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਖੁਦ ਲੋਕਾਂ ਨੇ ਹੀ ਸਫ਼ਰ ਘਟਾ ਦਿੱਤਾ ਹੈ, ਜਿਸ ਕਰਕੇ ਬਹੁਤੀਆਂ ਬੱਸਾਂ ਰੂਟਾਂ 'ਤੇ ਖਾਲੀ ਹੀ ਚੱਲ ਰਹੀਆਂ ਨੇ। ਆਓ ਜਾਣਦੇ ਹਾਂ ਇਸ ਬਾਰੇ ਡਰਾਈਵਰਾਂ ਅਤੇ ਲੋਕਾਂ ਦਾ ਕੀ ਕਹਿਣਾ ਹੈ। ਇਹ ਕਰੋਨਾ ਵਾਇਰਸ ਕਰਕੇ ਟਰਾਂਸਪੋਰਟ ਮਹਿਕਮੇ ਨੂੰ ਬਹੁਤ ਜ਼ਿਆਦਾ ਪ੍ਰਭਾਵ ਪਿਆ, ਬਹੁਤ ਘੱਟ ਸਵਾਰੀ ਹੋ ਗਈ, ਬਹੁਤ ਜ਼ਿਆਦਾ ਲੋਕ ਡਰਦੇ ਆ ਵੀ ਭੀੜ ਜਾਣ ਤੋਂ। ਸਵਾਰੀ ਦਾ ਟਰਾਂਸਪੋਰਟ ਮਾਲਕਾਂ ਨੂੰ ਬਹੁਤ ਜ਼ਿਆਦਾ ਧੱਕਾ ਲੱਗਿਆ ਇਸ ਚੀਜ਼ ਦਾ। ਯਾਰ ਇਹ ਤਾਂ ਉਹੀ ਡਰਾਈ ਜਾਂਦੇ ਆ ਲੋਕਾਂ ਨੂੰ। ਅਸੀਂ ਵੇਖਿਆ ਨਹੀਂ ਆ ਕੋਈ ਕਰੋਨਾ ਦਾ ਮਰੀਜ਼ ਨਹੀਂ ਵੇਖਿਆ, ਨਾ ਅਸੀਂ ਤੁਹਾਨੂੰ ਐਵੇਂ ਕਹਿ ਦਈਏ। ਇੱਥੇ ਬੈਠੇ ਵੀ ਹੈ, ਡਾਕਟਰ ਸਾਹਿਬ ਬੈਠੇ ਆ, ਪਤਾ ਨਹੀਂ ਕੌਣ ਹੈ, ਫੱਟਾ ਜਿਹਾ ਲਾਇਆ, ਮੂਹਰੇ ਬੋਰਡ ਲਾਇਆ ਹੋਇਆ, ਨਾ ਉਹ ਬੋਲਦੇ ਆ ਨਾ ਕਿਸੇ ਨੂੰ ਦੱਸਦੇ ਆ, ਔਰ ਨਾ ਹੀ ਉਹਨਾਂ ਦੇ ਆਪਦੇ ਹੀ ਮੂੰਹ ਢੱਕੇ ਹੋਏ ਆ। ਆਪਦੇ ਢੱਕਣਗੇ ਤਾਂ ਉਹ ਲੋਕਾਂ ਨੂੰ ਸਲਾਹ ਦੇਣਗੇ, ਡਰਾ ਡਰਾ ਕੇ ਲੋਕਾਂ ਨੂੰ ਤਾਂ ਘਰੇ ਭਾਤਾ, ਅਸੀਂ ਵਿਹਲੇ ਬੈਠੇ ਹਾਂ। ਇੱਥੇ ਟਰਾਂਸਪੋਰਟ ਅਦਾਰੇ ਦੇ ਉੱਤੇ 60% ਅਸਰ ਪਿਆ ਪਿਆ, ਲੋਕ ਬਾਹਰ ਨਹੀਂ ਨਿਕਲਦੇ, ਘਰਾਂ 'ਚ ਬੈਠੇ ਆਪਦੇ, ਵੀ ਯਾਰ ਕਰੋਨਾ ਵਾਇਰਸ ਆ ਗਿਆ। ਇਹ ਕਿਸੇ ਨੂੰ ਦੱਸਦੇ ਨਹੀਂ, ਨਾ ਕੋਈ ਪਰਹੇਜ਼ ਦੱਸਦੇ ਆ, ਨਾ ਇਹ ਐਂ ਦੱਸਦੇ ਆ, ਇਹ ਆਪ ਹੀ ਉੱਥੇ ਤੁਸੀਂ ਚੈੱਕ ਕਰ ਲਓ, ਉਹ ਬੈਠੇ ਆ ਫੱਟੇ 'ਤੇ, ਉਹਨਾਂ ਦੇ ਆਪਦੇ ਨਹੀਂ, ਪਹਿਲਾਂ ਤਾਂ ਮੂੰਹ ਢੱਕੇ ਵੇ, ਕਿਸੇ ਨੂੰ ਕੀ ਢਕਾ ਦੇਣਗੇ ਉਹ। ਕਹਿੰਦਾ ਐਵੇਂ ਲੋਕਾਂ ਨੂੰ ਡਰਾ ਡਰਾ, ਉਸਦਾ ਸੋਸ਼ਲ ਮੀਡੀਆ ਅੱਜ ਕੱਲ੍ਹ ਹੈ, ਵਟਸਐਪ 'ਤੇ ਚੱਲ ਪਿਆ, ਐਂ ਹਰੇਕ ਪਾਉਂਦਾ ਗਾ ਜਾ ਕੇ ਇਹਦੇ ਬਾਰੇ, ਕਰੋਨਾ ਵਾਇਰਸ ਬਾਰੇ, ਜਦੋਂ ਸਾਡੇ ਹੈ ਹੀ ਨਹੀਂ ਬਿਮਾਰੀ ਹੈ ਪੰਜਾਬ ਦੇ ਵਿੱਚ। ਤੁਸੀਂ ਆਪਦੀਆਂ ਬੱਸਾਂ ਦੇ ਵਿੱਚ ਸਵਾਰੀਆਂ ਨੂੰ ਜਾਗਰੂਕ ਕਰਨ ਵਾਸਤੇ ਜਾਂ ਜੇ ਕੋਈ ਅਸੀਂ ਜੇ ਕੋਈ ਸਾਨੂੰ ਕਰੂਗਾ ਤਾਂ ਅਸੀਂ ਗਾਂਹ ਕਰਾਂਗੇ, ਸਾਨੂੰ ਤਾਂ ਜਿਹੋ ਜਿਹਾ ਵਟਸਐਪ 'ਤੇ ਆ ਜਾਂਦਾ ਦਿਖਾ ਦਿੰਦੇ ਆ, ਇੱਥੇ ਇੱਕ ਬੰਦੇ ਨੇ ਕਹਿ ਤਾ ਪੋਸਟਰ ਲਾ ਦਿਓ, ਅਸੀਂ ਤਾਂ ਉਹ ਲਾ ਦੇ ਕੰਧਾਂ 'ਤੇ, ਇੰਨਾ ਹੀ ਕਰ ਸਕਦੇ ਹਾਂ। ਬੱਸਾਂ ਦੇ ਵਿੱਚ ਤੁਸੀਂ ਕੋਈ ਮਾਸਕ ਵਗੈਰਾ? ਕੋਈ ਬਿਲਕੁਲ ਨਹੀਂ ਹੈ ਜੀ, ਕੋਈ ਮਾਸਕ ਨਹੀਂ ਹੈ, ਸਾਡੇ ਤਾਂ ਸਾਨੂੰ ਆਪ ਨੂੰ ਨਹੀਂ ਦਿੱਤੇ, ਅਸੀਂ ਕਿਸੇ ਨੂੰ ਗਾਂਹ ਕੀ ਦੇਵਾਂਗੇ ਕਿ ਭਾਈ ਆਹ ਮਾਸਕ ਲੈ ਲਓ। ਦੇਖੋ ਜਦੋਂ ਮੈਂ ਛਿੱਕਦਾ ਹੈਗਾ, ਮਤਲਬ ਮੈਂ ਇੱਥੇ ਰੱਖ ਕੇ ਤੱਕ ਛਿੱਕਦਾ, ਮਤਲਬ ਜ਼ਿਆਦਾ ਮੇਰੇ ਮਾਸਕ ਹੁੰਦਾ ਜਾਂ ਕੋਈ ਰੁਮਾਲ ਹੁੰਦਾ ਹੈਗਾ, ਮਤਲਬ ਓਪਨ ਸਨੀਜ਼ ਨਹੀਂ ਕਰਦਾ ਕਦੇ ਵੀ ਮੈਂ। ਹਾਂ ਮਤਲਬ ਸੈਨੇਟਾਈਜ਼ਰ ਵੀ, ਮਤਲਬ ਮੈਂ ਆਪ ਹੀ ਅਵੋਇਡ ਕਰਦਾ, ਮਤਲਬ ਕੋਈ ਕਿਤੇ ਗੰਦੇ ਹੱਥ ਨਾਲ ਲੱਗਣ ਕਿਤੇ, ਮਤਲਬ ਮੈਂ ਇਹ ਹੱਥ ਆਪਦੇ ਮਤਲਬ ਮੂੰਹ ਦੇ ਘਰ ਨਹੀਂ ਲੈ ਕੇ ਆਉਂਦਾ, ਮਤਲਬ ਇਹੀ ਹੈ ਬਸ, ਇਹੀ ਹੈ। ਬੱਸਾਂ ਦੇ ਵਿੱਚ ਕੋਈ ਸਹੂਲਤ ਸਰਕਾਰ ਵੱਲੋਂ ਜਾਂ ਕੋਈ ਪਰਸਨਲੀ ਬੱਸਾਂ ਵਾਲੇ ਹੈਗੇ ਨੇ ਉਹਨਾਂ ਵੱਲੋਂ ਕੋਈ ਮਿਲਦੀ ਹੈ? ਬਸ ਸਫਾਈ ਹੋਣੀ ਚਾਹੀਦੀ ਹੈ, ਕਈ ਵਾਰੀ ਹੁੰਦਾ ਮੈਂ ਸੁਬਹਾ ਵਾਲੀ ਬੱਸ 'ਚ ਆਉਂਦਾ, ਮਿੱਟੀ ਹੁੰਦੀ ਆ ਕਈ ਵਾਰੀ, ਉਹ ਸਫਾਈ ਨਹੀਂ ਕੀਤੀ ਹੁੰਦੀ, ਉਹ ਫਿਰ ਦੇਖ ਕੇ ਥੋੜ੍ਹਾ ਲੱਗਦਾ ਕਿ ਮਤਲਬ ਕੱਲ੍ਹ ਦੀ ਪੁਰਾਣੀ ਬੱਸ ਹੈ, ਬੰਦੇ ਬੈਠੇ ਹੋਣਗੇ, ਸਫਾਈ ਨਹੀਂ ਕਰਦੇ ਬੱਸ ਵਾਲੇ ਕਈ, ਮਤਲਬ ਉਹ ਸਫਾਈ ਰੱਖਣੀ ਚਾਹੀਦੀ ਹੈ ਬੱਸ ਵਾਲਿਆਂ ਨੂੰ। ਬਸ ਹਾਂ ਵੈਲਕਮ। ਕਰੋਨਾ ਵਾਇਰਸ ਵਾਸਤੇ ਸੈਕਟਰੀ ਟਰਾਂਸਪੋਰਟ ਸਾਹਿਬ, ਸਾਡੇ MD ਸਾਹਿਬ ਦੀ ਪੂਰੀ ਇਨਵੋਲਵਮੈਂਟ ਹੈ, ਰੋਜ਼ ਡੇਲੀ ਬੇਸਿਸ 'ਤੇ ਹੀ ਕਿ ਮੈਂ ਕਹਾਂ ਹਰ ਘੰਟੇ ਬਾਅਦ ਹੀ ਉਹਨਾਂ ਵੱਲੋਂ ਸਾਨੂੰ ਇੰਸਟਰਕਸ਼ਨਸ ਆ ਰਹੀਆਂ ਜਾਂ ਗਾਈਡੈਂਸ ਦਿੱਤੀ ਜਾ ਰਹੀ ਹੈ, ਜਿਵੇਂ ਜਿਵੇਂ ਟਰਾਂਸਪੋਰਟ ਮਿਨਿਸਟਰੀ ਤੋਂ ਜਾਂ ਸੈਕਟਰੀ ਸਾਹਿਬ ਤੋਂ ਜਾਂ ਜਿਵੇਂ ਜਿਵੇਂ ਉੱਥੋਂ ਗੱਲਾਂ ਚੱਲਦੀਆਂ ਪਈਆਂ। ਸਭ ਤੋਂ ਪਹਿਲਾਂ ਤਾਂ ਹੁਣ ਸਾਡੀਆਂ ਸਾਰੀਆਂ ਬੱਸਾਂ, ਚਲੋ ਵਾਸ਼ ਤਾਂ ਪਹਿਲਾਂ ਵੀ ਹੁੰਦੀਆਂ ਸੀਗੀਆਂ ਡੇਲੀ ਬੇਸਿਸ 'ਤੇ, ਹੁਣ ਅਸੀਂ ਇਹਨਾਂ 'ਤੇ ਡਿਸਇਨਫੈਕਟੈਂਟ ਵੀ ਮਰਵਾ ਰਹੇ ਹਾਂ ਡੇਲੀ ਬੇਸਿਸ 'ਤੇ, ਜੇ ਬੱਸ ਕੋਈ ਡਿਪੂ 'ਚ ਦੋ ਵਾਰੀ ਆ ਰਹੀ ਹੈ ਉਹ ਦੋ ਵਾਰੀ ਕਰਵਾ ਰਹੇ ਹਾਂ। ਕੁਛ ਅਸੀਂ ਡਿਸਇਨਫੈਕਟੈਂਟ ਦੀ ਸ਼ੀਸ਼ੀਆਂ ਬਣਾ ਬਣਾ ਕੇ ਬੱਸਾਂ 'ਚ ਦੇਤੀਆਂ, ਵੀ ਜਿੱਥੇ ਕੋਈ ਡਰਾਈਵਰ ਕੰਡਕਟਰ ਨੂੰ ਟਾਈਮ ਮਿਲਦਾ ਵੀ ਸਾਰੀ ਬੱਸ ਤਾਂ ਨਹੀਂ ਸਾਫ਼ ਕਰ ਸਕਦੇ ਹੋ, ਜਿਹੜੇ ਮੇਨ ਜਿਹੜੇ ਚੜ੍ਹਨ ਵਾਲੇ ਹੈਂਡਲ ਹੁੰਦੇ ਨੇ, ਗੇਟ ਹੁੰਦੇ ਨੇ, ਉੱਥੇ ਸਾਫ਼ ਕਰ ਲਓ।
ਦੂਜੀ ਗੱਲ ਆ ਸੈਨੀਟਾਈਜ਼ਰ ਹੈ, ਇਹ ਅਸੀਂ ਹਜੇ ਮਤਲਬ ਪ੍ਰੋਕਿਓਰ ਕਰਦੇ ਪਏ ਹਾਂ ਕਿਉਂਕਿ ਐਕਚੁਲੀ ਸ਼ੋਰਟੇਜ ਬਹੁਤ ਹੈ, ਸ਼ਹਿਰ 'ਚ ਮਿਲਦੇ ਨਹੀਂ ਪਏ, ਸਾਨੂੰ ਥੋੜ੍ਹੇ ਜਿਹੇ ਮਿਲੇ ਨੇ, 50-60 ਅਸੀਂ ਇੱਕ ਲੈ ਕੇ ਕਈ ਬੱਸਾਂ 'ਚ ਰਖਵਾਤੇ ਨੇ, ਅਤੇ ਜਿਵੇਂ ਜਿਵੇਂ ਮਿਲਣਗੇ ਅਸੀਂ ਉਵੇਂ ਦੇਵਾਂਗੇ। ਤੀਜੀ ਗੱਲ, ਜਿਹੜੇ ਸੈਕਟਰੀ ਸਾਹਿਬ ਦਾ ਹੁਕਮ ਹੈ ਵੀ ਜਿਹੜੇ ਵੀ ਹੈਲਪਲਾਈਨ ਨੰਬਰ ਨੇ ਉਹ ਸਾਰੀ ਬੱਸਾਂ 'ਚ ਲੱਗ ਚੁੱਕੇ ਨੇ, ਵੀ ਜੇ ਕਿਸੇ ਸਵਾਰੀ ਨੂੰ ਕੋਈ ਦਿੱਕਤ ਫੀਲ ਹੁੰਦੀ ਵੀ ਹੈ ਤਾਂ ਕੰਡਕਟਰ ਉਸੇ ਵੇਲੇ ਹੀ ਉਹਦਾ ਨੰਬਰ ਮਤਲਬ ਗੱਲ ਕਰਾ ਦਿੰਦੇ ਨੇ, ਜਾਂ ਸਵਾਰੀ ਨੂੰ ਹੀ ਕਹਿੰਦੇ ਨੇ ਵੀ ਯਾਰ ਤੁਸੀਂ ਗੱਲ ਕਰ ਲਓ, ਤੁਹਾਡੀ ਹੈਲਪ ਹੋ ਜਾਏਗੀ। ਚੌਥੀ ਗੱਲ, ਅਸੀਂ ਵੀ ਹੁਣ ਮਤਲਬ ਆਪਣੀਆਂ ਬੱਸਾਂ ਨੂੰ ਜਾਂ ਸਵੇਰੇ ਅਸੀਂ ਸੈਸ਼ਨ ਲਾਉਂਦੇ ਹਾਂ, ਅੱਜ ਵੀ ਸੈਸ਼ਨ ਲਾਇਆ ਸੀ, ਡਰਾਈਵਰ ਕੰਡਕਟਰ ਨੂੰ ਇੱਕ ਹਦਾਇਤਾਂ ਨੇ ਵੀ ਤੁਸੀਂ ਸਵਾਰੀਆਂ ਚੜਾਓ ਸਾਹਿਬ ਦੀਆਂ, ਵੀ ਬੱਸ 'ਚ ਰਸ਼ ਨਾ ਜ਼ਿਆਦਾ ਹੋਵੇ, ਕਿਉਂਕਿ ਰਸ਼ ਤਾਂ ਖਤਮ ਹੋ ਗਿਆ, ਤਾਂ ਸਕੂਲ ਕਾਲਜ ਬੰਦ ਹੋ ਗਏ, ਉਹਦਾ ਬੜਾ ਫਰਕ ਪੈ ਗਿਆ, ਪਰ ਸਵਾਰੀਆਂ ਵੀ ਤੁਸੀਂ ਹਿਸਾਬ ਦੇ ਚੜਾਓ, ਵੀ ਮਤਲਬ ਸਿਟਿੰਗ ਸਵਾਰੀ ਹੋਵੇ, ਜ਼ਿਆਦਾ ਰਸ਼ ਨਾ ਹੋਵੇ, ਕੋਸ਼ਿਸ਼ ਕਰੋ ਵੀ ਸਵਾਰੀ ਨਾਲ ਕੰਟੈਕਟ 'ਚ ਨਾ ਆਓ। ਦੂਜੀ ਗੱਲ, ਜੇ ਕਿਸੇ ਕੰਡਕਟਰ ਡਰਾਈਵਰ ਨੂੰ ਕੋਈ ਦਿੱਕਤ ਪੇਸ਼ ਹੋ ਰਹੀ ਹੈ ਉਹ ਛੁੱਟੀ ਲੈ ਲਵੇ, ਹੈ ਨਾ, ਰਹਿੰਦੇ ਦਿਨ ਕਿ ਇੱਕ ਬੰਦੇ ਤੋਂ ਸਾਰੇ ਬਿਮਾਰ ਹੋਣਗੇ, ਕਿਉਂਕਿ ਅਸੀਂ ਇਹਦਾ ਬੜਾ ਇੱਕ ਸਖਤ ਵਿਊ ਲੈ ਰਹੇ ਹਾਂ ਸਫਾਈ ਦਾ। ਬੱਸ ਅੱਡੇ 'ਤੇ ਵੀ ਅਸੀਂ ਰੋਜ਼ ਨਿਰ ਮਤਲਬ ਪਹਿਲਾਂ ਵੀ ਸਫਾਈ ਹੁੰਦੀ ਸੀ, ਹੁਣ ਰੋਜ਼ ਹੀ ਡਿਸਇਨਫੈਕਟੈਂਟ ਮਰਵਾਉਣ ਲੱਗ ਗਏ, ਬੱਸ ਸਟੈਂਡ 'ਤੇ ਵੀ ਅਸੀਂ ਸਾਰੇ ਜਿਹੜੇ ਆਪਾਂ ਕਹਿੰਦੇ ਹਾਂ ਵੀ ਕਰੋਨਾ ਵਾਇਰਸ 'ਚ ਆਹ ਚੀਜ਼ ਕਰੋ ਆਹ ਚੀਜ਼ ਨਾ ਕਰੋ, ਉਹ ਸਾਰੇ ਅਸੀਂ ਪੋਸਟਰ ਲਵਾ ਰਹੇ ਹਾਂ। ਪਿਛਲੇ ਹਫ਼ਤੇ 4-5 ਦਿਨ ਕੈਂਪ ਵੀ ਲਵਾਇਆ ਸੀਗਾ ਡਿਸਟ੍ਰਿਕਟ ਐਡਮਿਸ਼ਨ ਦੇ ਨਾਲ ਮਿਲ ਕੇ, ਇਸ ਤੋਂ ਬਾਅਦ ਵੀ ਮਤਲਬ ਅਸੀਂ ਹੁਣ ਬੇਸਿਕਲੀ ਜਾਗਰੂਕਤਾ, ਅਸੀਂ ਲੋਕਾਂ ਨੂੰ ਆਪਣੇ ਸਟਾਫ ਨੂੰ ਪੂਰਾ ਜਾਗਰੂਕ ਰੱਖ ਰਹੇ ਹਾਂ, ਇੱਕ ਸਵਾਰੀ ਨੂੰ ਜਾਗਰੂਕ ਕਰੋ, ਇੱਕ ਆਪ ਜਾਗਰੂਕ ਕਰੋ, ਸਫਾਈ ਰੱਖੋ ਆਪਣੀ ਵੀ ਆਪਣੇ ਆਲੇ ਦੁਆਲੇ ਦੀ ਵੀ। ਡਰਾਈਵਰ ਕੰਡਕਟਰ ਨੂੰ, ਹਾਂਜੀ, ਮਾਸਕ ਦੀ ਦਿੱਕਤ ਬੇਸਿਕਲੀ ਇਹ ਹੈ ਵੀ ਮਾਸਕ ਨਾ ਜਿਹੜਾ ਸਾਨੂੰ ਜੋ ਅਸੀਂ ਸਾਡੀ ਜੋ ਟ੍ਰੇਨਿੰਗ ਹੋਈ ਸੀ, ਮੇਰੀ ਟ੍ਰੇਨਿੰਗ ਹੋਈ ਸੀ ਡਾਕਟਰ ਸਾਹਿਬ ਵੱਲੋਂ, ਉਹਨਾਂ ਦਾ ਇਹ ਸੀਗਾ ਵੀ ਮਾਸਕ ਯੂਜ਼ ਕਰਨਾ ਵੀ ਇੱਕ ਸਪੈਸ਼ਲ ਜਿਹਾ ਕੰਮ ਹੈ, ਕਿਉਂਕਿ ਤੁਸੀਂ ਪਤਾ ਵੀ ਡਰਾਈਵਰ ਕੰਡਕਟਰ ਥੋੜ੍ਹੇ ਜਿਹੇ ਮਤਲਬ ਹੱਥ ਗੰਦੇ ਹੋ ਜਾਂਦੇ ਨੇ ਕਈ ਵਾਰੀ, ਉਹੀ ਹੱਥ ਮਾਸਕ 'ਤੇ ਲਾ ਲੈਣ, ਉਹੀ ਫਿਰ ਉਹ ਮਤਲਬ ਸਾਹ ਲੈਣ, ਇਸ ਤੋਂ ਚੰਗਾ ਇਹ ਹੈ ਵੀ ਤੁਸੀਂ ਸੈਨੀਟਾਈਜ਼ਰ ਲਗਾਤਾਰ ਵਰਤੋ। ਅਫਕੋਰਸ ਮਾਸਕ ਦੀ ਵੀ ਦਿੱਤੇ ਉਹਨਾਂ ਨੂੰ ਵੀ ਜਿਹਨੂੰ ਲੋੜ ਹੈਗੀ ਮਾਸਕ ਵਰਤੋ, ਪਰ ਮਾਸਕ ਨਾਲ ਇੱਕ ਤਾਂ ਸਵਾਰੀ ਵੀ ਡਰਦੀ ਹੈ ਵੀ ਸਵਾਰੀ ਦੇ ਮਨ 'ਚ ਨੈਗੇਟਿਵ ਆ ਜਾਂਦਾ, ਪਤਾ ਨਹੀਂ ਕੀ ਗੱਲ ਹੋ ਗਈ। ਹਾਂ, ਪਰ ਅਸੀਂ ਤੁਹਾਡੀ ਸਲਾਹ ਠੀਕ ਹੈ ਵੀ ਥੋੜ੍ਹੇ ਜਿਹੇ ਮਾਸਕ ਅਸੀਂ ਦੇ ਦੇਵਾਂਗੇ ਜਿਹਨੂੰ ਲੋੜ ਹੈ, ਪਰ ਉਸ ਤੋਂ ਪਹਿਲਾਂ ਅਸੀਂ ਸੈਨੀਟਾਈਜ਼ਰ ਦਾ ਯੂਜ਼ ਕਰ ਰਹੇ ਹਾਂ ਅਤੇ ਸਫਾਈ ਦੀ ਜ਼ਿਆਦਾ ਯੂਜ਼ ਕਰ ਰਹੇ ਹਾਂ ਵੀ ਸਫਾਈ ਬਸ 'ਚ ਰਹੇ।